ਦਰਬਾਰ ਨੂੰ ਇੱਕ ਯਾਤਰਾ ਮਾਤਾ ਚਿੰਤਪੁਰਨੀ ਦਰਬਾਰ ਦੇ ਦਰਸ਼ਨਾਂ ਲਈ ਰਵਾਨਾ ਕੀਤੀ ਗਈ। ਇਸ ਮੌਕੇ ਵਧੇਰੇ ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੇ ਪ੍ਰਧਾਨ ਰਵਿੰਦਰ ਵਰਮਾ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਅੱਜ ਰਵਾਨਾ ਕੀਤੀ ਗਈ 12ਵੀਂ ਯਾਤਰਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਯਾਤਰਾ ਦੇ 1 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਪ੍ਰਬੰਧਕਾਂ ਅਤੇ ਯਾਤਰੂਆਂ ਵੱਲੋਂ ਰਵਾਨਾ ਹੋਣ ਤੋਂ ਪਹਿਲਾਂ ਕੇਕ ਕੱਟਿਆ ਗਿਆ। ਹਰ ਮਹੀਨੇ ਦੇ ਪਹਿਲੇ ਸੋਮਵਾਰ ਲੁਧਿਆਣਾ ਨਿਸ਼ਕਾਮ ਵੈਲਫੇਅਰ ਸੋਸਾਇਟੀ ਜਿਹੜੀ ਕਿ ਬਹੁਤ ਵੱਡਾ ਉਪਰਾਲਾ ਕਰ ਰਹੀ ਹੈ ਉਹਦੇ ਸਹਿਯੋਗ ਨਾਲ ਇਹਨਾਂ ਨੂੰ 1 ਸਾਲ ਪੂਰਾ ਹੋ ਗਿਆ ਔਰ ਅਸੀਂ ਹਰ ਮਹੀਨੇ ਦੇ ਪਹਿਲੇ ਸੋਮਵਾਰ ਇੱਥੋਂ ਬੱਸ ਯਾਤਰਾ ਤੋਰਦੇ ਹਾਂ ਮਾਰਵਾ ਚਿੰਤਪੁਰਨੀ ਦੇ। ਉਹਦੇ ਵਿੱਚ ਕੀ ਹੁੰਦਾ ਵੀ ਹਰ ਤਰ੍ਹਾਂ ਦੀਆਂ ਜਿਹੜੀਆਂ ਸੁੱਖ ਸੁਵਿਧਾਵਾਂ ਜਿਹੜੇ ਆ ਉਹਨਾਂ ਨੂੰ ਸ਼ਰਧਾਲੂਆਂ ਨੂੰ ਦਿੱਤੀਆਂ ਜਾਂਦੀਆਂ। ਸਾਡੀ ਕੋਸ਼ਿਸ਼ ਹੁੰਦੀ ਹੈ ਗਰੀਬ ਤੋਂ ਗਰੀਬ ਬੰਦਾ ਜਿਹੜਾ ਕਿ ਯਾਤਰਾ ਨਹੀਂ ਜਾ ਸਕਦਾ ਉਹਨਾਂ ਨੂੰ ਵੀ ਪਹਿਲ ਦਿੱਤੀ ਜਾਂਦੀ ਹੈ ਵੀ ਜਿਹੜਾ ਪਹਿਲਾਂ ਆਵੇ ਆਪਣਾ ਨਾਨ ਖਾਵੇ। ਤਾਂ ਜਿੱਦਾਂ ਕਹਿੰਦੇ ਆ ਵੀ ਹਿੰਦੂ ਮੁਸਲਿਮ ਸਿੱਖ ਇਸਾਈ ਆਪਸ ਵਿੱਚ ਸਭ ਭਾਈ ਭਾਈ ਸਾਰਿਆਂ ਨੂੰ ਇਕੱਠਾ ਲੈ ਕੇ ਚੱਲਣ ਦਾ ਜਿਹੜਾ ਉਪਰਾਲਾ ਸੀ ਇਹ ਮਹਾਮਾਰੀ ਦੇ ਵਿੱਚ ਇਹਨਾਂ ਦੀਆਂ ਵੀ ਮਨੋਕਾਮਨਾ ਹੈਗੀਆਂ ਉਹ ਮਹਾਮਾਰੀ ਪੂਰੀਆਂ ਕਰੇ। ਔਰ ਇੱਥੋਂ ਬੱਸ ਯਾਤਰਾ ਜਿਹੜੀ ਜਾਂਦੀ ਹੈ ਮਗਵਾੜੇ ਬ੍ਰੇਕਫਾਸਟ ਹੈ ਉਹ ਤੋਂ ਬਾਅਦ ਮਹਾਮਾਈ ਦੇ ਬਿਲਕੁਲ ਪੌੜੀ ਤੱਕ ਇਹ ਬੱਸ ਨੇ ਲੈ ਕੇ ਜਾਣਾ ਹੈ ਤੁਹਾਨੂੰ ਔਰ ਉੱਥੇ ਦਰਸ਼ਨ ਕਰਵਾ ਕੇ ਵਾਪਸ ਗਗਰੇਡ ਦੇ ਕੋਲ ਜਿਹੜਾ ਬੰਬੇ ਜਾਂ ਉੱਥੇ ਮੰਦਰ ਹੈ ਜਿਹੜਾ ਉੱਥੇ ਸ਼ਿਵਬਾੜੀ ਸ਼ਿਵਬਾੜੀ ਦੇ ਦਰਸ਼ਨ ਕਰਾ ਕੇ ਇਹਦੇ ਨਾਲ ਕੀ ਜਾਂਦਾ ਵੀ 7 ਮੈਂਬਰੀ ਸਾਡੇ ਕੋਲ ਜਗਰਾਤਾ ਕੀ ਜਿਹੜੀ ਜਗਰਾਤਾ ਕਰਦੀ ਜਾਂਦੀ ਹੈ ਇੱਥੋਂ ਤੁਹਾਨੂੰ ਨਾ ਕਿਸੇ ਨੂੰ ਕੁਝ ਨਹੀਂ ਕਰਨ ਦੇਣੀ ਕਿਸੇ ਨੂੰ ਗੱਲ ਨਹੀਂ ਕਰਨ ਦੇਣੀ। ਟੋਟਲ ਲੋਕਾਂ ਦਾ ਮਨ ਜਿਹੜਾ ਨਾ ਉਹ ਪ੍ਰਭੂ ਵੱਲ ਲੈ ਕੇ ਜਾਣਾ ਹੈ ਔਰ ਤੁਹਾਨੂੰ ਕਿਸੇ ਨੂੰ ਰਸਤੇ ਦੇ ਵਿੱਚ ਕੋਈ ਮਤਲਬ ਫਾਲਤੂ ਗੱਲ ਨਹੀਂ ਕਰਨ ਦੇਣੀ ਹੈ। ਔਰ ਇਸ ਤਰੀਕੇ ਦਾ ਇਹ ਉਪਰਾਲਾ ਜਿਹੜਾ ਇਹ 1 ਸਾਲ ਪੂਰਾ ਹੋ ਗਿਆ ਅੱਜ ਕੇਕ ਕੱਟ ਕੇ ਇਹਦਾ ਜਿਹੜਾ ਸਾਡੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੂਰਾ ਸਹਿਯੋਗ ਦਿੱਤਾ ਔਰ ਬੱਸ ਨੂੰ ਚਲਾਉਣ ਜੀ ਸਾਡੇ ਚੇਅਰਮੈਨ ਸਾਹਿਬ ਸਾਡੇ ਜਨਰਲ ਸੈਕਟਰੀ ਜੀ ਸਾਡੇ ਕੈਸ਼ੀਅਰ ਸਾਹਿਬ ਔਰ ਸਾਡੀ ਪੂਰੀ ਐਡਮਿਨ ਟੀਮ ਜਿਹੜੀ ਹੈ ਮਨੋ ਮਨੋ ਲੱਗੀ ਦੀ ਹੈ ਔਰ ਕੋਸ਼ਿਸ਼ ਕਰਦੇ ਹਾਂ ਵੀ ਕਿਸੇ ਨੂੰ ਕਿਸੇ ਤਰੀਕੇ ਦੀ ਦਿੱਕਤ ਨਾ ਆਵੇ ਤਾਂ ਉਹਦੇ ਬਾਅਦ ਪੂਰਾ ਉਪਰਾਲਾ ਜਿਹੜਾ। ਉਹ ਤੋਂ ਇਲਾਵਾ ਵੀ ਸਾਡੇ ਕੋਲ ਜਿਹੜੀ ਲੁਧਿਆਣਾ ਨਿਸ਼ਕਾਮ ਵੈਲਫੇਅਰ ਸੋਸਾਇਟੀ ਹੈ ਕੋਈ ਗਰੀਬ ਗੁਰਬਾ ਆ ਜਾਂਦਾ ਕਿਸੇ ਨੂੰ ਲੜਕੀ ਦਾ ਵਿਆਹ ਹੈ ਲੜਕੇ ਦਾ ਵਿਆਹ ਹੈ ਜਾਂ ਕਿਸੇ ਨੂੰ ਸੱਟ ਲੱਗ ਗਈ ਹੈ ਜਾਂ ਕੋਈ ਬਿਮਾਰ ਗਰੀਬ ਆ ਜਾਂਦਾ ਹੈ ਜਾਂ ਹਸਪਤਾਲ ਦੇ ਵਿੱਚ ਕੋਈ ਵੀ ਦਿੱਕਤ ਆਉਂਦੀ ਹੈ ਅਸੀਂ ਉਹ ਉਪਰਾਲੇ ਦੇ ਵਿੱਚ ਹਰ ਇੱਕ ਦੀ ਪੂਰੀ ਸੇਵਾ ਕਰਦੇ ਹਾਂ। ਜਿਹੜਾ ਮਰਜ਼ੀ ਆਵੇ ਸਾਰਿਆਂ ਵਾਸਤੇ ਖੁੱਲ੍ਹਾ ਜਿਹਨੂੰ ਵੀ ਕੋਈ ਦਿੱਕਤ ਆਉਂਦੀ ਹੈ ਅਸੀਂ ਸਾਰਿਆਂ ਨੂੰ ਸੱਦਾ ਲੈਂਦੇ ਹਾਂ ਕਿ ਜਿਹਨੂੰ ਵੀ ਕੋਈ ਦਿੱਕਤ ਹੈ ਕੋਈ ਪਰੇਸ਼ਾਨੀ ਹੈ ਐਕਚੁਅਲੀ ਉਹ ਨੀਡੀ ਹੈ ਉਹ ਜ਼ਰੂਰਤਮੰਦ ਹੈ ਜਿਵੇਂ ਕਿ ਸਾਡੇ ਪ੍ਰਧਾਨ ਰਵਿੰਦਰ ਵਰਮਾ ਜੀ ਨੇ ਸਾਰਾ ਸੰਖੇਪ 'ਚ ਤੁਹਾਨੂੰ ਦੱਸਿਆ ਹੀ ਹੈ। ਇਹ ਹਰ ਮਹੀਨੇ ਦੇ ਪਹਿਲੇ ਸੋਮਵਾਰ ਸਵੇਰੇ 7:30 ਵਜੇ ਬੱਸ ਯਾਤਰਾ ਇੱਥੋਂ ਚੱਲਦੀ ਹੈ ਏਸੀ ਬੱਸ ਦੁਆਰਾ ਜਿਹਦੇ ਵਿੱਚ ਖਾਣ ਪੀਣ ਦਾ ਸਾਰਾ ਅਰੇਂਜਮੈਂਟ ਨਿਸ਼ਕਾਮ ਵੈਲਫੇਅਰ ਸੁਸਾਇਟੀ ਦੇ ਪੂਰਨ ਸਹਿਯੋਗ ਨਾਲ ਕਰਾਇਆ ਜਾਂਦਾ ਹੈ। ਇਸ ਬੱਸ ਦਾ ਚਲਾਉਣ ਦਾ ਮੰਤਵ ਇਹ ਸੀ ਲੋਕਾਂ ਦੀ ਜਿਹੜੀ ਭਾਗ ਦੌੜ ਦੀ ਜ਼ਿੰਦਗੀ ਵਿੱਚੋਂ ਮਹੀਨੇ ਦਾ 1 ਦਿਨ ਆਪਾਂ ਧਰਮ ਦੇ ਨਾਲ ਜੋੜਨ ਵਾਸਤੇ ਇਹ ਉਪਰਾਲਾ ਸ਼ੁਰੂ ਕੀਤਾ ਸੀ ਜਿਹੜਾ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਹੀ ਜਾਣੀ ਸੁਚੱਜੇ ਢੰਗ ਨਾਲ ਇਹ ਚੱਲ ਰਿਹਾ ਵਾ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਕੋਸ਼ਿਸ਼ ਰਹੇਗੀ ਕਿ ਇਹ ਬੱਸ ਯਾਤਰਾ ਹੋਰ ਵਧੀਆ ਤਰੀਕੇ ਨਾਲ ਚੱਲੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ ਕੈਮਰਾਮੈਨ ਅਮਨਦੀਪ ਦੇ ਨਾਲ ਫੌਕਸ ਸਟਾਰਟ ਪੰਜਾਬੀ ਈਅਰ ਸਿਟੀ ਈਅਰ ਨਿਊਜ਼।